ਮੈਂ ਹਾਂ ਜਗਰੂਪ ਬਰਾੜ ਐਮ ਐਲ اے ਸਰੀ ਫਲੀਟਵੁੱਡ ਨਵੰਬਰ ਮਹੀਨੇ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਫਾਰਮਰਜ਼ ਦੀ ਮਦਦ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਐਲਾਨ ਕੀਤਾ ਗਿਆ ਉਹਦੀ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ ਇਹਨਾਂ ਹੜ੍ਹਾਂ ਦੇ ਨਾਲ ਸੂਮਸਪਰੇਰੀ ਐਬਸਪੋਰਟ ਮੇਰਿਟ ਪ੍ਰਿੰਸਟਨ ਦੇ ਵਿੱਚ ਕਰੀਬ 1100 ਫਾਰਮ ਅਤੇ ਕਰੀਬ 25 ਲੱਖ ਜਿਹੜੇ ਲਾਈਫਸਟਾਕ ਆ ਪਸ਼ੂ ਹੈ ਉਹ ਪ੍ਰਭਾਵਿਤ ਹੋਏ ਸਨ BC ਸਰਕਾਰ ਨੇ ਫੈਡਰਲ ਸਰਕਾਰ ਦੇ ਨਾਲ ਰਲ ਕੇ ਅਤੇ ਲੋਕਲ ਲੀਡਰਸ ਦੀ ਰਾਏ ਲੈਣ ਤੋਂ ਬਾਅਦ ਇੱਕ ਕੰਪਨਸੇਸ਼ਨ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਫਾਰਮਰਸ ਦੇ ਲਈ ਉਹਦਾ ਐਲਾਨ ਕੀਤਾ ਹੈ ਇਹ ਪ੍ਰੋਗਰਾਮ ਹੈਗਾ ਕੈਨੇਡਾ BC ਫੂਡ ਰਿਕਵਰੀ ਪ੍ਰੋਗਰਾਮ ਪਰ ਫੂਡ ਸਿਕਿਉਰਟੀ ਇਹ ਪ੍ਰੋਗਰਾਮ ਸਿਰਫ ਅਤੇ ਸਿਰਫ ਫਾਰਮ ਆਪਰੇਸ਼ਨ ਦੇ ਨਾਲ ਆਪਰੇਸ਼ਨਸ ਦੇ ਨਾਲ ਸੰਬੰਧਿਤ ਹੈ ਇਹ BC ਦੇ ਇਤਿਹਾਸ ਵਿੱਚ ਫਾਰਮਰਸ ਦੇ ਕੰਪਨਸੇਸ਼ਨ ਦੇ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪੈਕੇਜ ਹਲਾਉਣਿਆ ਗਿਆ ਇਸ ਪ੍ਰੋਗਰਾਮ ਤਹਿਤ 228 ਮਿਲੀਅਨ ਡਾਲਰ 228 ਮਿਲੀਅਨ ਡਾਲਰ ਬੀਸੀ ਦੇ ਫਾਰਮਰਸ ਦੀ ਮਦਦ ਲਈ ਐਲਾਨ ਕੀਤੇ ਗਏ ਹਨ ਤਾਂ ਕਿ ਉਹਨਾਂ ਨੂੰ ਵਾਪਸ ਪ੍ਰੋਡਕਸ਼ਨ ਤੇ ਲੰਮਾ ਜਾ ਸਕੇ ਇਸ ਪ੍ਰੋਗਰਾਮ ਦਾ ਜਿਹੜੇ ਫਾਰਮਰਸ ਦੇ ਨੁਕਸਾਨੇ ਗਏ ਘਰ ਜਾਨੀ ਰੈਜ਼ਿਡੈਂਸ ਹੈ ਉਹਦੇ ਨਾਲ ਇਹਦਾ ਕੋਈ ਸਬੰਧ ਨਹੀਂ ਉਹਦੇ ਵਾਸਤੇ ਵੱਖਰਾ ਪ੍ਰੋਗਰਾਮ ਜਿਹੜਾ ਹੈਗਾ ਬੀਸੀ ਸਰਕਾਰ ਦੇ ਵੱਲੋਂ ਆਉਣ ਵਾਲੇ ਜਿਹਨਾਂ ਦੇ ਵਿੱਚ ਉਹਦਾ ਐਲਾਨ ਕੀਤਾ ਜਾਊਗਾ ਸੋ ਜਿਨ੍ਹਾਂ ਫਾਰਮਰਸ ਦੀ ਗ੍ਰਾਸ ਇਨਕਮ 2 ਮਿਲੀਅਨ ਤੋਂ ਘੱਟ ਹੈ ਉਹਨਾਂ ਦੀ ਕੰਪਨਸੇਸ਼ਨ ਅਪ ਟੂ 90% ਹੋ ਸਕਦੀ ਹੈ ਜਿਨ੍ਹਾਂ ਫਾਰਮਰਸ ਦੀ ਗ੍ਰਾਸ ਇਨਕਮ 2 ਮਿਲੀਅਨ ਤੋਂ ਉੱਪਰ ਹੈ ਉਹਨਾਂ ਦੀ ਜਿਹੜੀ ਕੰਪਨਸੇਸ਼ਨ ਹੈ ਉਹ ਅਪ ਟੂ 70% 70% ਹੋ ਸਕਦੀ ਹੈ ਐਪਲੀਕੇਸ਼ਨਸ ਇਹਦੀਆਂ ਹੁਣ ਐਪਲੀਕੇਸ਼ਨਸ ਇਸ ਵੇਲੇ ਲਈਆਂ ਜਾ ਰਹੀਆਂ ਹਨ ਦੀ ਮਿਨਿਸਟਰੀ ਦਾ ਸਟਾਫ ਜਿਹੜਾ ਸਾਡਾ ਹੈਗਾ ਉਹ ਇੰਗਲਿਸ਼ ਤੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਐਪਲੀਕੇਸ਼ਨ ਭਰਨ ਦੇ ਲਈ ਫਾਰਮਰਜ਼ ਦੀ ਮਦਦ ਕਰੇਗਾ। ਉਹਦੇ ਵਾਸਤੇ ਫੋਨ ਨੰਬਰ ਹੈਗਾ 1 888 332 3353 ਇਹਦੇ ਵਾਸਤੇ ਵੈਬਸਾਈਟ ਵੀ ਹੈਗੀ ਹੈ gov.pc.ca/agrirecovery ਮੈਂ ਸਾਰੇ ਫਾਰਮਰਜ਼ ਨੂੰ ਬੇਨਤੀ ਕਰਦਾ ਉਤਸ਼ਾਹਤ ਕਰਦਾ ਕਿ ਉਹ ਜਲਦੀ ਤੋਂ ਜਲਦੀ ਮਿਸਟਰੀ ਨਾਲ ਗੱਲਬਾਤ ਕਰਕੇ ਆਪਣੀ ਐਪਲੀਕੇਸ਼ਨ ਭਰਨ ਤਾਂ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਅਡਵਾਂਸ ਪੇਮੈਂਟ ਉਹ ਜਾਰੀ ਕੀਤੀ ਜਾ ਸਕੇ ਮੈਂ ਧੰਨਵਾਦੀ ਹਾਂ ਫੈਡਰਲ ਸਰਕਾਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਲਈ ਫੰਡਿੰਗ ਦੇ ਵਿੱਚ ਹਿੱਸਾ ਪਾਇਆ ਮੈਂ ਧੰਨਵਾਦੀ ਹਾਂ ਲੋਕਲ ਫਾਰਮਿੰਗ ਜਥੇਬੰਦੀਆਂ ਦਾ ਵਿਸ਼ੇਸ਼ ਤੌਰ ਦੇ ਤੇ ਬਲੂ ਬੈਰੀ ਕਾਉਂਸਲ ਹੈਗੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਇਹ ਸਨ ਅੱਜ ਦੇ ਜਨਵਰੀ 8 2022 ਦੇ ਜਿਹੜੇ ਫਾਰਮ ਆਪਰੇਸ਼ਨ ਸੰਬੰਧੀ ਅਪਡੇਟਸ ਅਗਲੇ ਅਪਡੇਟਸ ਜਦੋਂ ਵੀ ਅਗਲੀ ਜਿਹੜੀ ਅਨਾਉਂਸਮੈਂਟ ਹੋਏ ਲੈ ਕੇ ਦੁਆਰਾ ਫਿਰ ਹਜ਼ਰ ਹੋਵਾਂਗਾ ਮੈਂ ਹਾਂ ਜਗਰੂ ਬਰਾੜ ਐਮ ਐਲ ਏ شریف ਫਲੀਟ